ਅੱਛਾ ਸੁਣ ਦੋਸਤ ਮੇਰੀ ਗੱਲ ਮੈਨੇਜਰ ਸਾਹਿਬ, ਹੁਣ ਜਿਹੜੇ ਬੇਲਰ ਆ ਤੁਸੀਂ ਤਾਂ ਹੈਗੇ ਹੋ ਕਰੋੜ ਅਰਬਪਤੀ ਕੰਪਨੀਆਂ ਦੇ ਵਿੱਚ ਵੱਡੇ ਅਹੁਦਿਆਂ 'ਤੇ ਲੱਗੇ ਹੋਏ, ਇਹ ਇਹੀ ਕੁਛ ਕਮਾਉਂਦੇ ਆ ਅਤੇ ਇਹੀ ਖਾਂਦੇ ਆ, ਇਹਨਾਂ ਦਾ ਜਿਹਦਾ 5-7 ਲੱਖ ਰੁਪਈਆ ਲੱਗ ਗਿਆ ਜਾਂ ਜਿਹੜੇ ਤੁਹਾਡੇ ਇੰਪਲੋਈ 7-7 ਮਹੀਨਿਆਂ 8-8 ਮਹੀਨਿਆਂ ਤੋਂ ਸੈਲਰੀ ਨਹੀਂ ਮਿਲੀ, ਇਹਨਾਂ ਦੇ ਚੁੱਲ੍ਹੇ ਠੰਡੇ ਹੋਏ ਪਏ। ਜੇ ਤੁਸੀਂ ਬਿਲਰਾਂ ਅਤੇ ਇੰਪਲੋਈਜ਼ ਨੂੰ ਤਨਖਾਹ ਨਹੀਂ ਦਿਓਗੇ, ਪੈਸੇ ਨਹੀਂ ਦਿਓਗੇ, ਫਿਰ ਅਸੀਂ ਨਕੋਦਰ ਅਤੇ ਹੁਸ਼ਿਆਰਪੁਰ ਜਾ ਵੜਾਂਗੇ ਤੁਹਾਡੇ ਪਲਾਂਟਾਂ 'ਚ। ਸਰ ਐਗਰੀਡ, ਆਏ ਐਗਰੀਡ ਤੁਹਾਡੇ 2 ਯੂਨਿਟ ਚੱਲਦੇ ਆ ਬੜੇ ਸਕਸੈਸਫੁਲੀ, ਤੁਸੀਂ ਨਾ ਗਰੀਬਾਂ ਨੂੰ ਤਾਂ ਨੱਕੀ ਕਰੋ ਨਾ। ਰਹਿ ਗਈ ਗੱਲ ਰੈਗੂਲੇਟਰ ਵਾਲੀ, ਮੈਂ ਰੈਗੂਲੇਟਰ ਨਾਲ ਵੀ ਕਰੂੰਗਾ ਗੱਲ, ਉੱਧਰ ਅਤੇ ਹੁਸ਼ਿਆਰਪੁਰ ਨਹੀਂ ਹੋ ਉੱਥੇ ਜਾ ਕੇ ਤੋਤੇ ਉਡਾ ਲਾਂਗੇ, ਗੱਲ ਹੀ ਕੋਈ ਨਹੀਂ ਚੱਲਦੇ। ਇਹ ਤਾਂ ਹੁਣ ਇੱਥੇ ਦਾ ਯਾਰਡ ਹੋ ਗਿਆ ਕੰਮ, ਆਪਾਂ ਉੱਥੇ ਜਾ ਕੇ ਗੱਲ ਸਾਫਾ ਪਾ ਲਾਂਗੇ, ਪੈਸੇ ਦੇ ਇਹਨਾਂ ਦੇ ਪਹਿਲਾਂ। ਪਰਾਲੀ ਪ੍ਰਬੰਧਨ ਸਭ ਤੋਂ ਵੱਡਾ ਪੰਜਾਬ ਦੇ ਅੰਦਰ ਪੋਲਿਊਸ਼ਨ ਦੇ ਉੱਤੇ ਕਿੱਡਾ ਰੌਲਾ ਪੈਂਦਾ, ਸਰਕਾਰ ਦੀ ਨਲੈਕੀ ਕਹਿ ਸਕਦਾ। ਮੈਨੂੰ ਜੀ ਐਮ ਨੇ ਦੱਸੀ ਸਾਰੀ ਗੱਲ ਵੀ ਸਾਡੇ ਨਾਲ 6 ਰੁਪਈਏ ਕਰਾਰ ਹੋਇਆ ਸੀ, ਹੁਣ ਸਾਡੀ 5 ਰੁਪਈਏ ਵੀ ਨਹੀਂ ਲੈ ਰਹੇ। ਕੈਪਟਨ ਸਾਹਿਬ ਦੇ 2 ਸਾਲ ਹਜੇ ਬਾਕੀ, ਹੁਣ ਕੈਪਟਨ ਸਾਹਿਬ ਤਾਂ ਹੀ ਉਹਦੇ 'ਤੇ ਕਦੇ 5-ਮੈਂਬਰੀ ਕਮੇਟੀ ਬਣਾਉਂਦੇ ਆ, ਕਦੇ ਲੋਕਾਂ ਕੋਲ ਸ਼ਗੂਫਾ ਛੱਡਦੇ, ਮੈਂ ਵਾਈਟ ਪੇਪਰ ਲੈ ਕੇ ਆ ਰਿਹਾ, ਕੱਟੇ ਨੂੰ ਮਣ ਦੋਦਾ ਕੀ ਪਾਸ। ਹੈਲੋ, ਸੋ ਸੀਗਾ, ਮੈਂ ਤੁਹਾਡੇ ਦਰਸ਼ਨ ਕਰ ਰਿਹਾ ਸੀ, ਚਲੇ ਗਏ। ਅੱਛਾ, ਮੇਰੇ ਕੋਲ ਦੋਸਤ ਖੜੇ ਆ ਜਿਨ੍ਹਾਂ ਨੇ ਤੁਹਾਨੂੰ ਪਰਾਲੀ ਇਕੱਠੀ ਕਰਕੇ ਦਿੱਤੀ ਆ, ਕਿਸੇ ਦਾ 6 ਲੱਖ, ਕਿਸੇ ਦਾ 8 ਲੱਖ, ਮੇਰੇ ਖਿਆਲ 10 ਜਣੇ ਹੈਗੇ ਆ ਖੜੇ। ਇਹਨਾਂ ਨੇ ਕੀ ਗਲਤੀ ਕੀਤੀ ਤੁਹਾਨੂੰ ਐਨਰਜੀ ਪੈਦਾ ਕਰਨ ਲਈ ਪਰਾਲੀ ਇਕੱਠੀ ਕਰਕੇ ਦਿੱਤੀ? ਆਪਣਾ ਸੰਦ, ਟਰਾਲੀਆਂ, ਟਰੈਕਟਰ ਇਕੱਠੀ ਕਰਨ ਵਾਲੀ, ਬੇਲਰ ਪਲਾਂਟ, ਮੈਂ ਮਾਣੂ ਕੇ ਗਿੱਲ ਖੜਾ। ਵੈਸੇ ਤੁਹਾਡੇ ਪਲਾਂਟ ਹੈ ਕਿੰਨੇ ਆ ਪੰਜਾਬ 'ਚ? ਪੰਜਾਬ ਦੇ ਵਿੱਚ 3 ਪਲਾਂਟ ਆ, ਦੂਸਰੇ 2 ਕਿੱਥੇ ਆ ਮਾਣੂ ਕੇ ਦੇ ਬਿਨਾਂ? ਹਾਂ, ਅੱਛਾ, 1 ਨਕੋਦਰ ਅਤੇ 1 ਹੁਸ਼ਿਆਰਪੁਰ, ਉਹਨਾਂ ਦੀ ਪ੍ਰੋਡਕਸ਼ਨ ਸਟਾਰਟ ਆ? ਕਿੰਨੇ ਰੁਪਈਏ ਯੂਨਿਟ ਦੇ ਰਹੇ ਹੋ ਸਰਕਾਰ ਨੂੰ? ਇੱਥੇ ਕੀ ਪ੍ਰੋਬਲਮ ਆਈ ਮਾਣੂ ਕੇ ਆਣੇ 'ਚ? ਅੱਛਾ, ਕਿੰਨੇ ਮੈਗਾਵਾਟ ਦਾ ਹੈ? 6 ਮੈਗਾਵਾਟ ਦਾ। ਫਿਰ ਹੁਣ ਪ੍ਰੋਬਲਮ ਕੀ ਆ ਚੱਲਣ 'ਚ? ਅੱਛਾ, ਹੁਣ ਐਤਕੀ ਕੌਣ ਹੈਗਾ ਰੈਗੂਲੇਟਰੀ ਕਮਿਸ਼ਨ ਦਾ ਹੈੱਡ? ਕੌਣ ਆ ਰੈਗੂਲੇਟਰ, ਕੌਣ ਹੈਗਾ? ਅੱਛਾ ਸੁਣ ਦੋਸਤ ਮੇਰੀ ਗੱਲ ਮੈਨੇਜਰ ਸਾਹਿਬ, ਹੁਣ ਜਿਹੜੇ ਬੇਲਰ ਆ ਤੁਸੀਂ ਤਾਂ ਹੈਗੇ ਹੋ ਕਰੋੜ ਅਰਬਪਤੀ ਕੰਪਨੀਆਂ ਦੇ ਵਿੱਚ ਵੱਡੇ ਅਹੁਦਿਆਂ 'ਤੇ ਲੱਗੇ ਹੋਏ, ਇਹ ਇਹੀ ਕੁਛ ਕਮਾਉਂਦੇ ਆ ਅਤੇ ਇਹੀ ਖਾਂਦੇ ਆ, ਇਹਨਾਂ ਦਾ ਜਿਹਦਾ 5-7 ਲੱਖ ਰੁਪਈਆ ਲੱਗ ਗਿਆ ਜਾਂ ਜਿਹੜੇ ਤੁਹਾਡੇ ਇੰਪਲੋਈ 7-7 ਮਹੀਨਿਆਂ 8-8 ਮਹੀਨਿਆਂ ਤੋਂ ਸੈਲਰੀ ਨਹੀਂ ਮਿਲੀ, ਇਹਨਾਂ ਦੇ ਚੁੱਲ੍ਹੇ ਠੰਡੇ ਹੋਏ ਪਏ ਆ। ਹੁਣ ਮੇਰੀ ਬੇਨਤੀ ਆ, ਮੈਂ ਰੈਗੂਲੇਟਰ ਨੂੰ ਵੀ ਟੇਕਅਪ ਕਰੂੰਗਾ, ਇਹ ਨਹੀਂ ਮੈਂ ਤੁਹਾਡੀ ਨਹੀਂ ਸੁਣਵਾਈ, ਤੁਹਾਡੇ ਲਈ ਵੀ ਹਾਹ ਦਾ ਨਾਰਾ ਭਰੂੰਗਾ, ਪਰ ਜੇ ਤੁਸੀਂ ਬਿਲਰਾਂ ਅਤੇ ਇੰਪਲੋਈਜ਼ ਨੂੰ ਤਨਖਾਹ ਨਹੀਂ ਦਿਓਗੇ, ਪੈਸੇ ਨਹੀਂ ਦਿਓਗੇ, ਫਿਰ ਅਸੀਂ ਨਕੋਦਰ ਅਤੇ ਹੁਸ਼ਿਆਰਪੁਰ ਜਾ ਵੜਾਂਗੇ ਤੁਹਾਡੇ ਪਲਾਂਟਾਂ 'ਚ। ਮੈਂ ਜਾਊਂ ਇਹਨਾਂ ਦੇ ਨਾਲ ਅਤੇ ਪੈਸੇ ਤੁਹਾਡੇ ਕੋਲੋਂ ਜਦੇ ਮਿੰਟੋ ਮਿੰਟ ਹੀ ਲੈ ਲੈਣੇ ਆ। ਤੁਹਾਨੂੰ ਹਰ ਮਹੀਨੇ ਪੇਮੈਂਟ ਮਿਲਦੀ ਹੈ ਵੀ ਕੁਛ ਬਿਲਰਾਂ ਨੂੰ?
ਨਹੀਂ ਦਿਓਗੇ ਦਵਾਈ ਦੀ ਮਰੀਜ਼ ਨੂੰ ਅੱਜ ਲੋੜ ਆ ਤੁਸੀਂ ਕਹੋਗੇ ਦਵਾਈ ਦਿਆਂਗੇ ਸ਼ਿਆਂ ਨੂੰ ਜਾਨੂੰ ਮਰੀਜ਼ ਪਾਰ ਬੋਲ ਜੂ ਫਿਰ ਫਾਇਦਾ ਕੀ ਆ ਇਹ ਤਾਂ ਵਿਚਾਰੇ ਰੋਟੀ ਤੋਂ ਆਤਰ ਹੋਏ ਪਏ ਆ ਸਰ ਐਗਰੀਡ ਆਏ ਐਗਰੀਡ ਤੁਹਾਡੇ ਦੋ ਯੂਨਿਟ ਚੱਲਦੇ ਆ ਬੜੇ ਸਕਸੈਸਫੁਲੀ ਤੁਸੀਂ ਨਾ ਗਰੀਬਾਂ ਨੂੰ ਤਾਂ ਨੱਕੀ ਕਰੋ ਨਾ ਰਹਿ ਗਈ ਗੱਲ ਰੈਗੂਲੇਟਰ ਵਾਲੀ ਮੈਂ ਰੈਗੂਲੇਟਰ ਨਾਲ ਵੀ ਕਰੂੰਗਾ ਗੱਲ ਪੰਚਾਇਤ ਦਾ ਠੇਕਾ ਦੋਸਤ ਰੁਲ ਕੇ ਸਰਪੰਚ ਜੀ ਤੇ ਸਾਰੀ ਪੰਚਾਇਤ ਮੇਰੇ ਕੋਲ ਖੜੀ ਹੈ ਇਹਨਾਂ ਨੂੰ ਠੇਕਾ ਨਹੀਂ ਮਿਲ ਰਿਹਾ ਜਿਹੜੀ ਕਾਂਡੀ ਤੇਸੀ ਖੜਕਦੀ ਆ ਪਿੰਡ ਦੇ ਵਿੱਚ ਉਹ ਵੀ ਬੰਦ ਹੋ ਗਈ ਢਾਈ ਰਹਿੰਦਾ ਊਂ ਵੀ ਜਿਹੜਾ ਹੋਏਗਾ ਰੋਲ ਰੋਲ ਕੇ ਬਸ ਤੁਸੀਂ ਇੱਕ ਵਾਰੀ ਨੱਕੀ ਕਰ ਲਓ ਸਾਰਾ ਕੁਛ ਮੈਂ ਡੋਂਟ ਵਰੀ ਜੇ ਰੈਗੂਲੇਟਰ ਨਹੀਂ ਮੰਨੂਗਾ ਮੈਂ ਵਿਧਾਨ ਸਭਾ 'ਚ ਵੀ ਟੇਕਅਪ ਕਰ ਸਕਦਾ ਤੁਹਾਡਾ ਇਸ਼ੂ ਤੁਹਾਡੇ ਲਈ ਵੀ ਹਾਂ ਦਾ ਨਾਰਾ ਭਰੂੰਗਾ ਹੀ ਨਹੀਂ ਹੈਗਾ ਪਰ ਇਹ ਗਰੀਬ ਲੋਕ ਆ ਪਹਿਲਾਂ ਇਹਨਾਂ ਦੇ ਪੈਸੇ ਦਿਓ ਕਿਉਂਕਿ ਤੁਹਾਡੇ ਦੋ ਯੂਨਿਟ ਪੰਜਾਬ ਦੇ ਵਿੱਚ ਬੜੇ ਸਕਸੈਸਫੁਲੀ ਚੱਲ ਰਹੇ ਆ ਇਹਨੂੰ ਹੁਣ ਜਲਦੀ ਲੈ ਲਿਓ ਇਹ ਨਾ ਹੋਵੇ ਵੀ ਸਾਨੂੰ ਇਕੱਠੇ ਹੋ ਕੇ ਮੇਰੀ ਮਜਬੂਰੀ ਹੋਊਗੀ ਮੈਂ ਇਹਨਾਂ ਦੇ ਨਾਲ ਤੁਹਾਡਾ ਨਕੋਦਰ ਅਤੇ ਹੁਸ਼ਿਆਰਪੁਰ ਜਾਊਂਗਾ ਲੈ ਕੇ ਇਹਨਾਂ ਸਾਰਿਆਂ ਨੂੰ ਮਿਹਰਬਾਨੀ ਚੰਗਾ ਇਹਦੀ ਕਹਿੰਦਾ ਲੋੜ ਨਹੀਂ ਪੈਣੀ ਤੁਹਾਨੂੰ ਹੁਸ਼ਿਆਰਪੁਰ ਨੂੰ ਖੁਦ ਦੋਸਤੋ ਸੁਣੋ ਮੇਰੀ ਗੱਲ ਤੁਹਾਡਾ ਨਾ ਹੀ ਸਿੱਧੀ ਉਮਰ ਕੰਮ ਬਣੂਗਾ ਨਾ ਇਹਦੇ ਦੋ ਯੂਨਿਟ ਇਸੇ ਕੰਪਨੀ ਦੇ ਹੋਰ ਪਲਾਂਟ ਚੱਲਦੇ ਆ ਨਕੋਦਰ ਅਤੇ ਹੁਸ਼ਿਆਰਪੁਰ ਨਹੀਂ ਉਹ ਉੱਥੇ ਆ ਕੇ ਤੋਤੇ ਉਡਾ ਲਾਂਗੇ ਗੱਲ ਹੀ ਕੋਈ ਨਹੀਂ ਚੱਲਦੇ ਇਹ ਤਾਂ ਹੁਣ ਇੱਥੇ ਦਾ ਯਾਰਡ ਹੋ ਗਿਆ ਕੰਮ ਆਪਾਂ ਉੱਥੇ ਜਾ ਕੇ ਗੱਲ ਸਫਾ ਪਾ ਲਾਂਗੇ ਪੈਸੇ ਦੇ ਇਹਨਾਂ ਦੇ ਪਹਿਲਾਂ ਘਬਰਾਓ ਨਾ ਥੋੜੇ ਜਿਹੇ ਦਿਨ ਆਪਾਂ ਇਹਨੂੰ ਹਫ਼ਤਾ ਦਸ ਦਿਨ ਦੇਣੇ ਆ ਜਿਹੜਾ ਇਹਨਾਂ ਦਾ ਮਸਲਾ ਰੈਗੂਲੇਟਰ ਕੋਲ ਆ ਉਹ ਵੀ ਮੈਂ ਟੇਕਅਪ ਕਰੂੰਗਾ ਤਾਂ ਕਿ ਇਹ ਚੱਲ ਪਏ ਜਿਹੜੇ ਤੁਸੀਂ ਨਾ ਬੋਰ ਕਹਿੰਦੇ ਸੀ ਹੋਏ ਆ ਜਿਹੜੀ ਗੱਲ ਸੁਣਿਆ ਜੀ ਬੜੀ ਉਹਨਾਂ ਨੂੰ ਮਿਲਦੀ ਹੈ ਮਹੀਨੇ ਮਹੀਨੇ ਸੈਲਰੀ ਮਿਲਦੀ ਹੈ ਜੇ ਚੱਲਦਾ ਵੀ ਪਲਾਂਟ ਜੇ ਨਹੀਂ ਚੱਲਦਾ ਤਾਂ ਉਹ ਬੰਦ ਕਰ ਦਿੰਦੇ ਆ ਮੁਲਾਜ਼ਮ ਆ ਪੀਲੇ ਨਕੋਦਰ ਉਹਦਾ ਪਲਾਂਟ ਬੰਦ ਕਰ ਉਹ ਕਹਿੰਦੇ ਅਸੀਂ ਤਾਂ ਗੇਟ ਤੇ ਬਹਿ ਕੇ ਆ ਕੇ ਬਹਿ ਜਾਂਦੇ ਆ ਅਪਰੂਵਲ ਨੀ ਦੇ ਰਿਹਾ ਬਿਜਲੀ ਲੈਣ ਵਾਸਤੇ ਮੈਂ ਕਰੂ ਰੈਗੂਲੇਟਰ ਨਾਲ ਵੀ ਗੱਲ ਕਰੂੰਗਾ ਤੂੰ ਚਾਲੂ ਕਰ ਉਹ ਛੇ ਕਹਿੰਦਾ ਤੂੰ 5.5 ਰੁਪਏ ਨੂੰ ਦੇ ਕੇ ਨਿਬੇੜੋ ਕੰਮ ਤਾਂ ਚੱਲਦਾ ਹੋਵੇ ਅਸੀਂ ਇਹ ਨੀ ਕਹਿੰਦੇ ਵੀ ਚਲੋ ਮਾੜਾ ਹੋਇਆ ਸਾਡੇ ਜਾਨੀ ਕਿ ਪਹਿਲਾਂ ਜਿਹੜੀਆਂ ਪੰਚਾਇਤਾਂ ਸੀ ਉਹਨਾਂ ਨਾਲ ਇਹਨਾਂ ਨੇ ਜਿਵੇਂ ਵੀ ਕਮਿਟਮੈਂਟ ਕਰੀ ਚਲੋ ਉਹਨਾਂ ਨੇ ਇਹੀ ਕਰਿਆ ਸੀ ਵੀ ਚਲੋ ਸਾਡੇ ਪਿੰਡ ਨੂੰ ਰੁਜ਼ਗਾਰ ਮਿਲੂਗਾ ਵੀ ਜਿਹੜੀ ਸਾਡੀ ਪਰਾਲੀ ਲਿਆ ਕਰਨਗੇ ਇਹ ਚਲੋ ਸਾਨੂੰ ਕਿਉਂ ਲੋਕਾਂ ਦੀ ਲੜਾਈ ਹੁੰਦੀ ਹੈ ਪਰਾਲੀ ਨੂੰ ਯੂਨਿਟ ਮਾੜਾ ਨਹੀਂ ਗਾ ਯਾਰ ਹਾਂਜੀ ਯੂਨਿਟ ਚੰਗਾ ਹੈਗਾ ਆਪਾਂ ਇਹਨੂੰ ਚਲਾਉਣ ਦਾ ਯਤਨ ਕਰਨਾ ਮੈਂ ਵੀ ਆਪਣੇ ਵੱਲੋਂ ਪੂਰਾ ਜੋਰ ਸਾਰਾ ਵੀ ਹੁਣ ਸਾਨੂੰ ਸਾਡੀ ਕੋਈ ਪਰਾਲੀ ਦੀ ਕੋਈ ਪੁੱਛਗਿੱਛ ਨਹੀਂ ਸਾਨੂੰ ਤਾਂ ਅਸੀਂ ਆਪ ਕਹਿੰਦੇ ਸਾਨੂੰ ਪੱਲੋਂ ਪੈਸੇ ਮੰਗਦੇ ਚੱਲੂਗੀ ਫੇਰ ਹੀ ਆਊ ਚੱਲੀ ਆ ਕਿੰਨੀ ਪਰਾਲੀ ਲਈ ਹੈ ਸਾਡੇ ਪਿੰਡ ਨਾਲ ਕੋਈ ਇਹਨਾਂ ਨੇ ਸਾਡੇ ਪਿੰਡ ਦੀ ਪਰਾਲੀ ਲੈਣਾ ਸਾਡੇ ਪਿੰਡ ਦੇ ਮੁੰਡੇ ਰੱਖਣ ਸਾਨੂੰ ਤਾਂ ਹੀ ਕੋਈ ਫਾਇਦਾ ਹੋਊਗਾ ਨਾ ਵੀ ਸਾਡੇ ਰੁਜ਼ਗਾਰ ਸਾਨੂੰ ਉਹਨਾਂ ਨੇ ਕਮਿਟਮੈਂਟ ਕਰੀ ਐਗਰੀਮੈਂਟ ਕੀਤਾ ਵੀ ਤੁਹਾਡੇ ਨਾਲ ਕੋਈ ਬਿਜਲੀ ਦਾ ਵੀ ਤੁਹਾਨੂੰ ਸਹੂਲਤ ਦੇਵਾਂਗੇ ਕੋਈ ਸਾਨੂੰ ਕੋਈ ਹੈ ਨਹੀਂ ਅਸੀਂ ਤਾਂ ਉਦੋਂ ਪੰਚਾਇਤ ਨੇ ਠੇਕੇ ਵਾਸਤੇ ਵੀ ਰੋਲ ਰੋਲ ਕੇ ਇਹਨਾਂ ਨਾਲ ਕਰਦੇ ਉਦੋਂ ਪੰਚਾਇਤ ਨੇ ਇਹਨਾਂ ਨਾਲ ਕੋਈ ਇਕਰਾਰਨਾਮਾ ਕੀਤਾ ਸੀ ਜਦੋਂ ਕਰਿਆ ਸੀ ਇਹਨਾਂ ਨੇ ਜਿਹੜਾ ਕੁਝ ਲਿਖਿਆ ਸ਼ਰਤਾਂ ਹਾਂਜੀ ਹਾਂ ਵੀ ਸਾਰਾ ਕੁਝ ਵੀ ਦਿੱਤਾ ਕੋਈ ਕਾਪੀ ਮਿਲ ਸਕਦੀ ਹੈ ਹਾਂਜੀ ਉਹ ਵੀ ਦੇ ਦਿਓ ਮੈਨੂੰ ਠੀਕ ਹੈ ਜੀ ਜੇ ਮਿਲੋ ਸਰ ਸਾਨੂੰ ਅਸੀਂ ਪੁੱਛ ਦਿਨ ਤਨਖਾਹ ਹਰ ਦਹਾਂ ਦਿਨਾਂ ਬਾਅਦ ਜਾਂਦੇ ਆ ਬਸ ਪੂਰੀ ਇੰਤਜ਼ਾਰ ਕਰੋ ਤੁਸੀਂ 5-4 ਦਿਨ ਵੇਟ ਕਰਿਓ ਅਸੀਂ ਤਾਂ ਫਿਰ ਇਹੀ ਸੋਚਦੇ ਨਾ ਇਹ ਤਾਂ ਸਾਨੂੰ ਗੇੜੇ ਪੈਣ ਜਾਣ ਵਾਸਤੇ ਕਿਹਾ ਜੀ ਹੁਣ ਠੇਕਾ ਸਾਨੂੰ ਵੱਧ ਮਿਲਦਾ ਕਰਦਾ ਜੀ ਅਸੀਂ ਇਹਨਾਂ ਨੂੰ ਕਦੇ ਕੰਮ ਨੂੰ ਨਹੀਂ ਮਨਾ ਕੀਤਾ ਇੱਥੇ ਕਹਿੰਦੇ ਇਹਨਾਂ ਨੇ ਸਾਨੂੰ ਕਹਿੰਦੇ ਵੀਰ ਪਿੰਡ ਜਾਣਾ ਉੱਥੇ ਕੰਮ ਚੱਲਦਾ ਲੋੜ ਆ ਬੰਦੇ ਵੈਸਾ ਪੰਜਾਬ ਸਰਕਾਰ ਵੱਲੋਂ ਪਰਾਲੀ ਨੂੰ ਲੈ ਕੇ ਕਿਸਾਨਾਂ ਦੇ ਪਰਚੇ ਕੀਤੇ ਗਏ ਇਹ ਗ੍ਰੀਨ એનર્ਜੀ ਪਲਾਂਟ ਮਾਣੂਕੇ ਗਿੱਲ ਮੋਗਾ ਜਿੱਥੇ ਅਸੀਂ ਆ ਦੋਸਤ ਜਿਹੜੇ ਵਿਚਾਰੇ ਅੰਦਰ ਇੰਪਲੋਈਜ਼ ਹੈਗੇ ਆ ਜਿਨ੍ਹਾਂ ਨੇ ਪਰਾਲੀ ਸਪਲਾਈ ਕੀਤੀ ਆ ਸਾਰੇ ਖੜੇ ਆ ਕਿਸੇ ਦਾ 10 ਲੱਖ ਕਿਸੇ ਦਾ 8 ਲੱਖ ਇਹ ਦੋਸਤ ਜਿਹੜੇ ਲੇਬਰ ਵਾਲੇ ਆ 6-6, 8-8 ਮਹੀਨਿਆਂ ਦੀ ਤਨਖਾਹ ਮੇਰੀ ਨਾਲ ਗੱਲ ਹੋਈ ਆ ਆਪ ਤਾਂ ਅੱਜ ਸਾਰੇ ਇੱਥੋਂ ਗਾਇਬ ਆ ਮੈਨੇਜਰ ਨੇ ਦੱਸਿਆ ਕਿ ਇਸ ਕੰਪਨੀ ਦੇ 2 ਪਲਾਂਟ ਪੰਜਾਬ ਦੇ ਵਿੱਚ ਹੋਰ ਚੱਲਦੇ ਇੱਕ ਨਕੋਦਰ ਅਤੇ ਦੂਸਰਾ ਹੁਸ਼ਿਆਰਪੁਰ ਪਰਾਲੀ ਪ੍ਰਬੰਧਨ
ਸਭ ਤੋਂ ਵੱਡਾ ਪੰਜਾਬ ਦੇ ਅੰਦਰ ਪੋਲਿਊਸ਼ਨ ਦੇ ਉੱਤੇ ਕਿੱਡਾ ਰੌਲਾ ਪੈਂਦਾ ਪਰਾਲੀ ਪ੍ਰਬੰਧਨ ਕਰਨ ਵਾਸਤੇ, ਕਿਉਂਕਿ ਪਰਾਲੀ ਤੋਂ ਹੀ ਬਿਜਲੀ ਜਨਰੇਟ ਹੁੰਦੀ ਆ, ਉਹ ਦੂਸਰੇ ਪਲਾਂਟ ਵੀ। ਸਰਕਾਰ ਦੀ ਨਲੈਕੀ ਕਹਿ ਸਕਦਾ, ਮੈਨੂੰ ਜੀ ਐਮ ਨੇ ਦੱਸੀ ਸਾਰੀ ਗੱਲ ਵੀ ਸਾਡੇ ਨਾਲ 6 ਰੁਪਈਏ ਕਰਾਰ ਹੋਇਆ ਸੀ, ਹੁਣ ਸਾਡੀ 5 ਰੁਪਈਏ ਵੀ ਨਹੀਂ ਲੈ ਰਹੇ। ਰੈਗੂਲੇਟਰ ਦੇ ਕੋਲ ਸਾਡਾ ਮਸਲਾ ਪੈਂਡਿੰਗ ਪਿਆ, ਮੈਂ ਮਸਲਾ ਰੈਗੂਲੇਟਰ ਦੇ ਕੋਲ ਵੀ ਟੇਕਅਪ ਕਰੂੰਗਾ, ਕਿਉਂਕਿ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਆ, ਇੱਕ ਤਾਂ ਸਾਨੂੰ ਬਿਜਲੀ 6 ਰੁਪਈਏ ਵੀ ਮਿਲ ਗਏ, 5 ਰੁਪਈਏ ਮਿਲ ਜੇ, ਦੂਸਰਾ ਸਭ ਤੋਂ ਵੱਡਾ ਕਿ ਜਿਹੜੀ ਪਰਾਲੀ ਦਾ ਪ੍ਰਬੰਧਨ ਹੁੰਦਾ, ਪਰਾਲੀ ਖੇਤਾਂ ਦੇ ਵਿੱਚੋਂ ਚੱਕ ਕੇ ਕਿਸਾਨ ਨੂੰ ਜਲਾਉਣ ਦੀ ਜ਼ਰੂਰਤ ਨਹੀਂ, ਉਹ ਪਰਾਲੀ ਸਾਰੀ ਦੀ ਸਾਰੀ ਇਸ ਫੈਕਟਰੀ ਦੇ ਵਿੱਚ ਬਿਜਲੀ ਦਾ ਉਤਪਾਦਨ ਕਰਨ ਵਾਸਤੇ ਵਰਤੀ ਜਾ ਸਕਦੀ ਆ। ਪਰ ਸਰਕਾਰ ਖਾਮੋਸ਼ ਹੈਗੀ ਆ, ਚੁੱਪ ਹੈਗੀ ਆ, ਕਿਉਂਕਿ ਦੂਜੇ ਪਾਸੇ 11-11 ਰੁਪਈਏ ਯੂਨਿਟ ਸੁਖਬੀਰ ਬਾਦਲ ਜਿਹਦੇ ਉੱਤੇ ਵੱਡਾ ਰੌਲਾ ਪੈ ਰਿਹਾ ਵੀ ਇਕਰਾਰਨਾਮੇ ਕਰਕੇ ਕੈਪਟਨ ਸਾਰਾ ਕੁਛ ਬੋਂਗਲੋਂ ਤੋਂ ਮਿੱਟੀ ਝਾੜ ਰਿਹਾ, ਕਿਉਂਕਿ ਡੀਲ ਹੋਈ ਸੀ, ਡੀਲ ਉਹਨਾਂ ਵੱਡੇ ਅਮੀਰ ਘਰਾਣਿਆਂ ਦੇ ਨਾਲ ਜਿਹੜੇ ਪੰਜਾਬ ਦੇ ਅੰਦਰ 11 ਰੁਪਈਏ ਯੂਨਿਟ ਬਿਜਲੀ ਦੇ ਇਕਰਾਰਨਾਮੇ ਸਰਕਾਰ ਨਾਲ ਕਰਕੇ ਇੱਕ ਡੀਲ ਦੇ ਤਹਿਤ, ਅਤੇ ਉਹੀ ਡੀਲ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਆਈ ਹੋਈ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨਾਲ ਉਹ ਡੀਲ ਜਿਹੜੀ ਬਾਦਲਾਂ ਵੇਲੇ ਅਤੇ 5 ਸਾਲ ਲਈ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੋਈ ਹੈ, ਕੈਪਟਨ ਸਾਹਿਬ ਦੇ 2 ਸਾਲ ਹਜੇ ਬਾਕੀ ਹੈ। ਹੁਣ ਕੈਪਟਨ ਸਾਹਿਬ ਤਾਂ ਹੀ ਉਹਦੇ 'ਤੇ ਕਦੇ 5 ਮੈਂਬਰੀ ਕਮੇਟੀ ਬਣਾਉਂਦੇ ਆ, ਕਦੇ ਲੋਕਾਂ ਕੋਲ ਸ਼ਗੂਫਾ ਛੱਡਦੇ, ਮੈਂ ਵਾਈਟ ਪੇਪਰ ਲੈ ਕੇ ਆ ਰਿਹਾ, ਕੱਟੇ ਨੂੰ ਮਣ ਦੋ ਕੀ ਪਾ, ਲੋਕਾਂ ਨੇ ਵਾਈਟ ਪੇਪਰ ਤੋਂ ਕੀ ਲੈਣਾ, ਲੋਕਾਂ ਨੇ 5 ਮੈਂਬਰੀ ਕਮੇਟੀ ਤੋਂ ਕੀ ਲੈਣਾ, ਲੋਕਾਂ ਨੂੰ ਤਾਂ ਬਿਜਲੀ ਸਸਤੀ ਚਾਹੀਦੀ ਹੈ। ਮੇਰੇ ਕੋਲ ਹਜ਼ਾਰਾਂ ਪੰਜਾਬ ਦੇ ਐਸੇ ਪਰਿਵਾਰਾਂ ਦੇ ਨਾਮ ਜਿਹੜੇ ਹਨੇਰੇ 'ਚ ਬੈਠੇ ਆ, ਬਿਜਲੀ ਦਾ ਬਿੱਲ ਨਹੀਂ ਜਮ੍ਹਾਂ ਕਰਾ ਸਕੇ, ਕਨੈਕਸ਼ਨ ਕੱਟ ਗਏ। ਸੋ ਮੈਂ ਇਹ ਮਸਲਾ ਵਿਧਾਨ ਸਭਾ 'ਚ ਜ਼ਰੂਰ, ਪਈ ਬਜਟ ਸੈਸ਼ਨ ਆ ਰਿਹਾ ਉੱਥੇ ਵੀ ਜ਼ੋਰ ਸ਼ੋਰ ਦੇ ਨਾਲ ਇਹ ਮਸਲਾ ਚੁੱਕ ਰੇਟ ਨਹੀਂ ਮਿਲ ਰਿਹਾ। ਗੱਲ ਸੁਣ ਲਈ ਤੇਰੀ ਹੈਗੀ ਆ 7,000, ਉਹ ਵੀ ਇਹ ਲੇਬਰ ਐਕਟ ਦਾ ਘੋਰ ਲੰਘਣ ਹੈ, ਕਰੀ ਚੱਲ ਲੈਣ ਦੇ, ਉਹ ਡੀਸੀ ਰੇਟ ਜਦੀ ਤੇਰਾ ਕਰਾਉਣ ਲੱਗੇ ਸੀ। ਟੀ5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।